लेटेस्ट अपडेट सबसे पहले जानने के लिए सब्सक्राइब करें न्यूज अर्पण 24 TV और दबाएं बेल आइकन को। लुधियाना में बढ़ रही ट्रैफिक को देख जहां आम लोगों को परेशानियों का सामना करना पड़ता है, वहीं इसी के चलते काफी लोग रेड सिग्नल की परवाह न करते हुए रेड सिग्नल को जंप करते थे और हादसों को दावत देते थे, जिसके चलते पुलिस ने आज सांझी कार्रवाई की। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਡੇਲੀ ਇੱਥੇ ਹਜ਼ਾਰਾਂ ਗੱਡੀਆਂ ਨਾ ਰੈੱਡ ਲਾਈਟ ਜੰਪ ਕਰਦੀਆਂ ਔਰ ਲੋਕਾਂ ਨੂੰ ਪਤੇ ਹੁੰਦੇ ਹੋਏ ਵੀ ਜਾਣਬੁੱਝ ਕੇ ਰੈੱਡ ਲਾਈਟ ਜੰਪ ਕਰਨ ਨੂੰ ਨਹੀਂ ਹਟਦੇ। ਇਸ ਕਰਕੇ ਅਸੀਂ ਕਦੇ ਕਦੇ ਇੱਥੇ ਸਪੈਸ਼ਲ ਡਰਾਈਵ ਚਲਾਉਂਦੇ ਹਾਂ ਸਿਰਫ ਰੈੱਡ ਲਾਈਟ ਜੰਪ ਦੀ ਔਰ ਅੱਜ ਵੀ ਅਸੀਂ ਇਹ 3 ਟੀਮਾਂ ਲਾ ਕੇ ਅਸੀਂ ਰੈੱਡ ਲਾਈਟ ਜੰਪ ਦੀ ਜਿਹੜੀ ਹੈ ਡਰਾਈਵ ਚਲਾਈ ਦੀ ਹੈ। ਔਰ ਰੈੱਡ ਲਾਈਟ ਜੰਪ ਮੈਂ ਸਮਝਦਾ ਵੀ ਰੈੱਡ ਲਾਈਟ ਜੰਪ ਇੱਕ ਛੋਟਾ ਜੁਰਮ ਨਹੀਂ ਹੈ, ਇਹ ਬਹੁਤ ਵੱਡਾ ਜੁਰਮ ਹੈ ਕਿਉਂਕਿ ਜਦੋਂ ਰੈੱਡ ਲਾਈਟ ਜੰਪ ਕਰਦੇ ਆ ਤਾਂ ਗ੍ਰੀਨ ਲਾਈਟ ਤੋਂ ਜਿਹੜਾ ਟ੍ਰੈਫਿਕ ਆਉਂਦਾ ਗੱਡੀ ਉਹਦੇ ਨਾਲ ਟੱਚ ਹੋ ਸਕਦੀ ਹੈ ਔਰ ਇਹ ਇੱਕ ਤਰ੍ਹਾਂ ਦੀ ਡੇਂਜਰਸ ਡਰਾਈਵ ਵੀ ਹੈ। ਇਸ ਕਰਕੇ ਇਸ ਚੀਜ਼ ਨੂੰ ਅਸੀਂ ਬਹੁਤ ਸੀਰੀਅਸ ਲੈਂਦੇ ਹਾਂ ਜਦੋਂ ਲੋਕ ਰੈੱਡ ਲਾਈਟ ਜੰਪ ਕਰਦੇ ਆ। ਇਸ ਕਰਕੇ ਅਸੀਂ ਵਾਰ ਵਾਰ ਇੱਥੇ ਸਪੈਸ਼ਲ ਡਰਾਈਵ ਇਸ ਕਰਕੇ ਚਲਾਉਂਦੇ ਹਾਂ ਅਤੇ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਘੱਟੋ ਘੱਟ ਜਿਸ ਤਰ੍ਹਾਂ ਚੰਡੀਗੜ੍ਹ ਜਾ ਕੇ ਰੂਲ ਫੋਲੋ ਕਰਦੇ ਆ ਨਾ, ਲੁਧਿਆਣੇ ਵਿੱਚ ਵੀ ਇਸ ਤਰ੍ਹਾਂ ਹੀ ਕਰਨ ਤਾਂ ਜੋ ਲੋਕਾਂ ਨੂੰ ਅਸੁਵਿਧਾ ਨਾ ਹੋਵੇ। ਥੈਂਕ ਯੂ।